ਆ ਵਿੱਚ ਖੜੋਤ ਆ ਗਈ ਫਿਲਮਾਂ ਨਹੀਂ ਸੀ ਮਿਲ ਰਹੀਆਂ ਕਿਉਂਕਿ ਜ਼ਿਆਦਾਤਰ ਕਾਮੇਡੀ ਦੀਆਂ ਫਿਲਮਾਂ ਬਣਦੀਆਂ ਸੀਗੀਆਂ ਪੰਜਾਬ ਦੇ ਵਿੱਚ ਐਕਸ਼ਨ ਸਨਮਾ ਨਹੀਂ ਸੀ ਬਣ ਰਹੇ ਬਰਾਲਵਿਸ ਇਹੀ ਸੀਗਾ ਕਿ ਬਣਨਾ ਤਾਂ ਐਕਟਰ ਬਣਨਾ ਔਰ ਆਪਣਾ ਨਾਮ ਕਰਨਾ ਇੱਥੇ ਤੱਕ ਆਪਣੇ ਆਪ ਨੂੰ ਲੈ ਕੇ ਜਾਣਾ ਉਹ ਮੈਂ ਕਦੇ ਵੀ ਆਪਣੇ ਰਾਹ ਤੋਂ ਨਹੀਂ ਭਟ ਗਿਆ ਜੀ ਸੀਗਾ ਆਪਣੇ ਆਪ ਤੇ ਭਰੋਸਾ ਰੱਖਿਆ ਆਪਣੇ ਆਪ ਨੂੰ ਤਰਾਸ਼ਣ ਤਰਾਸ਼ਿਆ ਪਾਲਿਸ਼ ਕੀਤਾ ਚੀਜ਼ਾਂ ਸਿੱਖੀਆਂ ਮਿਹਨਤ ਕੀਤੀ ਆਪਣੇ ਆਪ ਤੇ ਫੇਰ ਬਾਬੇ ਦੇ ਦਰ ਤੇ ਵਾਹਿਗੁਰੂ ਦੇ ਅਰਦਾਸਾਂ ਕੀਤੀਆਂ ਸਾਡੇ ਹੱਥੋਂ ਕੁਝ ਨਹੀਂ ਹੁੰਦਾ ਕਿ ਮੈਂ ਕਿਸ ਨੂੰ ਦੇਖ ਕੇ ਆਇਆ ਨਹੀਂ ਇਹ ਪ੍ਰਮਾਤਮਾ ਨੇ ਨਾ ਹਰ ਇੱਕ ਬੰਦੇ ਨੂੰ ਕਿਸੇ ਨਾ ਕਿਸੇ ਟੈਲੈਂਟ ਦੇ ਨਾਲ نوازਿਆ ਹੈ ਮੈਂ ਅੱਛੀ ਜੀ ਨੂੰ ਸ਼ੁਰੂ ਤੋਂ ਹੀ ਇਸ ਚੀਜ਼ ਦੀ ਨਾ ਲਾਲਸਾ ਸੀਗੀ ਲਲਕ ਲੱਗੀ ਹੋਈ ਸੀਗੀ ਕਿ ਮੈਂ ਯਾਰ ਐਕਟਿੰਗ ਫੀਲਡ ਦੇ ਵਿੱਚ ਆਣਾ ਹੈ ਮੈਂ ਬਈ ਜੀ ਬਾਲੀਵੁੱਡ ਦਾ 올 ਇੰਡੀਆ ਯੂਨੀਵਰਸਿਟੀ ਦਾ ਪਲੇਅਰ ਰਿਹਾ ਔਰ ਮੈਂ ਵਾਲੀਵੁੱਡ ਗਿਆ ਡਿਆ ਨੈਸ਼ਨਲ ਦਾ ਮੈਂ ਕੈਂਪ ਅਟੈਂਡ ਕੀਤੇ ਨੇ ਤੁਸੀਂ ਜਦੋਂ ਪੰਜਾਬੀ ਜਗਤ ਸਿਨੇਮਾ ਜਗਤ ਦੇ ਵਿੱਚ ਆਉਣ ਦਾ ਮਤਲਬ ਕੀ ਸੋਚ ਲਿਆ ਸੀ ਉਦੋਂ ਤੁਸੀਂ ਇਹ ਸੋਚ ਚੁੱਕੇ ਸੀ ਕਿ ਮੈਂ ਐਕਸ਼ਨ ਹੀਰੋ ਹੀ ਬੰਨਾ ਹੈ ਜਾਂ ਫਿਰ ਇਹ ਕਰਦੇ ਕਰਦੇ ਇੱਥੇ ਤੱਕ ਆ ਗਏ ਨਹੀਂ ਸਟਾਰਟਿੰਗ ਡੇਜ਼ ਦੇ ਵਿੱਚ ਤਾਂ ਜਿਹੜਾ ਰੋਲ ਮਿਲਦਾ ਸੀ ਉਹ ਕਰ ਲੈਂਦੇ ਹੁੰਦੇ ਸੀ ਉਦੋਂ ਦਾ ਹੀ ਹੁੰਦਾ ਸੀ ਕਿ ਅਸਿਰਮੇ ਦਾ 파ਟ ਬਣੀਏ ਫਿਰ ਵਿੱਚੋਂ ਖੜੋਤ ਆ ਗਈ ਫਿਲਮਾਂ ਨਹੀਂ ਸੀ ਮਿਲ ਰਹੀਆਂ ਕਿਉਂਕਿ ਜ਼ਿਆਦਾਤਰ ਕਾਮੇਡੀ ਦੀਆਂ ਫਿਲਮਾਂ ਬਣਦੀਆਂ ਸੀਗੀਆਂ ਪੰਜਾਬ ਦੇ ਵਿੱਚ ਐਕਸ਼ਨ ਸਿਰ ਮਾ ਨਹੀਂ ਸੀ ਬਣ ਰਿਆ ਫਿਰ ਇੱਕ ਫਿਲਮ ਆ ਪ੍ਰੋਡਿਊਸ ਕੀਤੀ ਸੀਗੀ ਉਸ ਤੋਂ ਬਾਅਦ ਫਿਰ ਫਿਰ ਵਕਫਾ ਹੋ ਗਿਆ ਵਿੱਚ ਫਿਰ ਵਿੱਚ ਵਿੱਚ ਫਿਲਮਾਂ ਦੇ ਵਿੱਚ ਛੋਟੇ ਛੋਟੇ ਕਿਰਦਾਰ ਮਿਲਦੇ ਰਹੇ ਜਿਵੇਂ ਸਾਡਾ ਹੱਕ ਚ ਸੀਗਾ ਉਸ ਤੋਂ ਬਾਅਦ ਇੱਕ ਦੋ ਫਿਲਮਾਂ ਹੋਰ ਕੀਤੀਆਂ ਉਸ ਤੋਂ ਬਾਅਦ ਫਿਰ ਗਾਂਦੀ ਮਿਲੀ ਗਾਂਦੀ ਦੇ ਵਿੱਚ ਐਕਸ਼ਨ ਦੇ ਕਿਰਦਾਰ ਦੇ ਵਿੱਚ ਮੈਨੂੰ ਆਡੀਅנס ਨੇ ਬਹੁਤ ਪਸੰਦ ਕੀਤਾ ਫਿਰ ਮੈਨੂੰ ਲੱਗਿਆ ਕਿ ਇਹ ਜਨਰ ਮੇਰੇ ਲਈ ਹੈਗਾ ਔਰ ਮੈਂ ਇਹਦੇ ਵਿੱਚ ਸਹਿਜ ਵੀ ਫੀਲ ਕਰਦਾ ਮੈਨੂੰ ਲੱਗਦਾ ਕਿ ਮੈਂ ਹੁਣ ਜਦੋਂ ਵੀ ਥੀਏਟਰ ਕਰਦਾ ਸੀ ਤਾਂ ਮੈਨੂੰ ਇਦਾਂ ਦੇ ਹੀ ਡੋਮੀਨੇਟਿੰਗ ਕਿਰਦਾਰ ਆਫਰ ਹੁੰਦੇ ਸੀ ਥੀਏਟਰ ਦੇ ਵਿੱਚ ਸਟੇਜ ਦੇ ਉੱਤੇ ਕਿਸੇ ਵਾਰੀਅਰ ਦਾ ਕਿਸੇ ਯੋਧੇ ਦਾ ਕਿਰਦਾਰ ਮਿਲਣਾ ਹਨਾ ਕਿਸੇ ਬਾਦਸ਼ਾਹ ਦਾ ਕਿਰਦਾਰ ਮਿਲਣਾ ਹਮੇਸ਼ਾ ਉਹ ਕਿਰਦਾਰ ਜਿਹੜੇ ਡੋਮੀਨੇਟ ਕਰਦੇ ਨੇ ਸੋ ਮੈਨੂੰ ਲੱਗਿਆ ਕਿ ਮੇਰੀ ਪਕੜ ਵੀ ਹੈ ਇਹਨਾਂ ਦੇ ਵਿੱਚ ਫਿਰ ਗਾਂਧੀ ਚੱਲਣ ਤੋਂ ਬਾਅਦ ਗਾਂਧੀ 2 ਆਈ ਉਹ ਵੀ ਹਿੱਟ ਹੋਈ ਫਿਰ ਡਾਕੂਆਂ ਦਾ ਮੁੰਡਾ ਆਈ ਉਹ ਵੀ ਚੱਲ ਗਈ ਫਿਰ ਲੋਕਾਂ ਨੇ ਮੈਨੂੰ ਇਸ ਕਿਰਦਾਰ ਦੇ ਵਿੱਚ ਅਪਣਾ ਲਿਆ ਤਾਂ ਮੈਨੂੰ ਵੀ ਲੱਗਿਆ ਜੋ ਆਡੀਅנס ਮੰਗਦੀ ਆ ਜੋ ਤੁਹਾਡੇ ਸਰੋਤੇ ਮੰਗਦੇ ਨੇ ਕਿਉਂਕਿ ਚਾਹੇ ਉਹ ਐਕਟਰ ਹੈ ਚਾਹੇ ਸਿੰਗਰ ਹੈ ਉਹ ਹਮੇਸ਼ਾ ਆਪਣੀ ਆਡੀਅנס ਦਾ ਹੁੰਦਾ ਹੈ ਜੋ ਆਡੀਅנס ਡਿਮਾਂਡ ਕਰਦੀ ਹੈ ਉਹੀ ਮੈਨੂੰ ਲੱਗਦਾ ਕਲਾਕਾਰ ਨੂੰ ਆਡੀਅנס ਨੂੰ ਦੇਣਾ ਚਾਹੀਦਾ ਤੇ ਜਦੋਂ ਮਤਲਬ ਕਿ ਤੁਸੀਂ ਫਿਲਮਾਂ ਦੇ ਵਿੱਚ ਆਏ ਤੁਸੀਂ ਕਹਿ ਰਹੇ ਹੋ ਕਿ ਇੱਕ ਟਾਈਮ ਅਜਿਹਾ ਆਇਆ ਸੀ ਜਦੋਂ ਥੋੜਾ ਜਿਹਾ ਮਤਲਬ ਕਿ ਕੈਰੀਅਰ ਦੇ ਵਿੱਚ ਬ੍ਰੇਕ ਲੱਗ ਗਈ ਸੀ ਉਦੋਂ ਤੁਸੀਂ ਕੀ ਮਨਚ ਆਇਆ ਕੀ ਸੋਚਿਆ ਸੀ ਕਿ ਯਾਰ ਮੈਂ ਹੁਣ ਥੋੜਾ ਜਿਹਾ ਇਸ ਤੋਂ ਪਰਹੇਜ਼ ਰੱਖਾਂ ਕਿਸੇ ਹੋਰ ਜਿਹੜੇ ਆ ਲਾਈਨ ਨੂੰ ਚੂਜ਼ ਕਰ ਲਵਾਂ ਨਹੀਂ ਇਦਾਂ ਦਾ ਕਦੇ ਨਹੀਂ ਸੋਚਿਆ ਮੈਂ ਮੈਂ ਸਿਰ ਈ ਰਿਆ ਮੇਰਾ ਆਲਵੇਸ ਇਹੀ ਸੀਗਾ ਕਿ ਬਣਨਾ ਤਾਂ ਐਕਟਰ ਬਣਨਾ ਔਰ ਆਪਣਾ ਨਾਮ ਕਰਨਾ ਇੱਟ ਇੱਟ ਦਾ ਆਪਣੇ ਆਪ ਨੂੰ ਲੈ ਕੇ ਜਾਣਾ ਉਹ ਮੈਂ ਕਦੇ ਵੀ ਆਪਣੇ ਰਾਹ ਤੋਂ ਨਹੀਂ ਭਟ ਗਿਆ ਕਦੇ ਸੈਕਿੰਡ ਥਾਟ ਤਾਂ ਆਇਆ ਹੀ ਨਹੀਂ ਮਨ 'ਚ ਵੀ ਕੋਈ 2 ਪਲਾਨ ਤਾਂ ਹੈ ਹੀ ਨਹੀਂ ਸੀਗਾ ਕਿ ਯਾਰ ਇਸ ਪਲਾਨ ਵੱਲ ਚੱਲ ਜਾਈਏ ਜਾਂ ਕੋਈ ਹੋਰ ਕੰਮ ਕਰ ਲਈਏ ਇਹੀ ਸੀਗਾ ਆਪਣੇ ਆਪ ਤੇ ਭਰੋਸਾ ਰੱਖਿਆ ਆਪਣੇ ਆਪ ਨੂੰ ਤਰਾਸ਼ਨ ਤਰਾਸ਼ਿਆ ਪਾਲਿਸ਼ ਕੀਤਾ ਚੀਜ਼ਾਂ ਸਿੱਖੀਆਂ ਮਿਹਨਤ ਕੀਤੀ ਆਪਣੇ ਆਪ ਤੇ ਫੇਰ ਬਾਬੇ ਦੇ ਦਰ ਤੇ ਵਾਹਿਗੁਰੂ ਦੇ ਅੱਗੇ ਅਰਦਾਸਾਂ ਕੀਤੀਆਂ ਸਾਰਾ ਕੁਝ ਜਦੋਂ ਨੀਤ ਸਾਫ਼ ਹੁੰਦੀ ਹੈ ਤੁਸੀਂ ਮਿਹਨਤ ਵੀ ਕਰ ਰਹੇ ਹੋ ਹੁੰਨੇ ਹੋ ਵਾਹਿਗੁਰੂ ਤੋਂ ਕੰਮ ਮੰਗ ਰਹੇ ਹੋ ਹੁੰਨੇ ਤਾਂ ਫੇਰ ਉਹ ਜਿਹੜੀ ਤੁਹਾਡੀ ਮਿਹਨਤ ਨਾਲ ਉਹ ਸੱਚੇ ਪਾਸ਼ਾ ਸਫਲ ਜ਼ਰੂਰ ਕਰਦਾ ਹੈ ਜਦੋਂ ਤੁਸੀਂ ਫਿਲਮਾਂ ਦੇ ਵਿੱਚ ਆਏ ਤੇ ਮਤਲਬ ਕਿ ਤੁਸੀਂ ਕਿਸ ਚੀਜ਼ ਤੋਂ ਇਨਸਪਾਇਰ ਹੋਗੇ ਸੀ ਕਿ ਯਾਰ ਮੈਂ ਐਕਟਿੰਗ ਕਰਨੀ ਆ ਹੁਣ ਮੈਨੂੰ ਕੁਝ ਨਹੀਂ ਪਤਾ ਹੁਣ ਜੋ ਕਰਨਾ ਮੈਂ ਇਹੀ ਕਰਨਾ ਹੈ ਦੁਨੀਆ ਦੇ ਵਿੱਚ ਨਹੀਂ ਭਾਈ ਜੀ ਸਾਡੇ ਹੱਥੋਂ ਕੁਝ ਨਹੀਂ ਹੁੰਦਾ ਕਿ ਮੈਂ ਕਿਸ ਨੂੰ ਦੇਖ ਕੇ ਆਇਆ ਨਹੀਂ ਇਹ ਪ੍ਰਮਾਤਮਾ ਨੇ ਨਾ ਹਰ ਇੱਕ ਬੰਦੇ ਨੂੰ ਕਿਸੇ ਨਾ ਕਿਸੇ ਟੈਲੈਂਟ ਦੇ ਨਾਲ ਨਿਵਾਜਿਆ ਤੁਸੀਂ ਦੇਖੋਗੇ ਕਿ ਕਈ ਬੱਚਿਆਂ ਦੇ ਵਿੱਚ ਕੌਨਫੀਡੈਂਸ ਹੁੰਦਾ ਹੈ ਖੇਡਣ ਦਾ ਹੁੰਦਾ ਹਨਾ ਜਾਂ ਕਈ ਜੀਨੀਅਸ ਹੁੰਦੇ ਨੇ ਉਹ ਮਤਲਬ ਆਪਾਂ ਕਹਿ ਸਕਦੇ ਆ ਕਿ ਯਾਰ ਉਹਨਾਂ ਨੂੰ ਟੈਕਨੀਕਲ ਚੀਜ਼ਾਂ ਦੀ ਬਹੁਤ ਨੌਲੇਜ ਹੁੰਦੀ ਐ ਕਈ ਸਪੋਰਟਸ ਦੇ ਵਿੱਚ ਮਾਹਿਰ ਹੁੰਦੇ ਨੇ ਕਈ ਕਲਾ ਜਗਤ ਦੇ ਵਿੱਚ ਮਾਹਿਰ ਹੁੰਦੇ ਨੇ ਹਰ ਬੰਦੇ ਨੂੰ ਪ੍ਰਮਾਤਮਾ ਨੇ ਕੋਈ ਨਾ ਕੋਈ ਟੈਲੈਂਟ ਜ਼ਰੂਰ ਦਿੰਦਾ ਸੋ ਜਦੋਂ ਕਹਿੰਦੇ ਸੀ ਕਿ ਸਚਿੰਤ ਤੰਦੂਲਕਰ 4 ਸਾਲ ਦਾ ਸੀ ਤਾਂ ਉਹਦੀਆਂ ਨੇ ਬੈਠ ਚੱਕ ਲਿਆ ਸੀ ਤੇ ਉਹਦੀ ਨੂੰ ਪ੍ਰਮਾਤਮਾ ਨੇ ਉਹਨੂੰ ਟੈਲੈਂਟ ਬਖਸ਼ਿਆ ਸੀਗਾ ਉਸ ਚੀਜ਼ ਦਾ ਹਣਾ ਮੈਨੂੰ ਇਹ ਟੈਲੈਂਟ ਬਖਸ਼ਿਆ ਸੀ ਮੈਨੂੰ ਸ਼ੁਰੂ ਤੋਂ ਹੀ ਇਸ ਚੀਜ਼ ਦੀ ਨਾ ਲਾਲਸਾ ਸੀਗੀ ਲਲਕ ਲੱਗੀ ਹੋਈ ਸੀਗੀ ਕਿ ਮੈਂ ਯਾਰ ਐਕਟਿੰਗ ਫੀਲਡ ਦੇ ਵਿੱਚ ਜਾਣਾ ਕੋਈ ਵੀ ਐਕਟੀਵਿਟੀ ਹੁੰਦੀ ਸਕੂਲ ਕਾਲਜ ਜੈਵਨ ਕੇ ਪਿੰਡਾਂ ਚ ਮਦਾਰੀ ਵੀ ਆ ਜਾਣਾ ਤਾਂ ਉਹਦੇ ਵਿੱਚ ਵੀ ਮੈਂ ਪਾਰਟਿਸਿਪੇਟ ਕਰਦਾ ਸੀਗਾ ਸਭ ਤੋਂ ਅੱਗੇ ਹੋ ਕੇ ਸੋ ਇੱਕ ਕਲਾਕਾਰ ਮੇਰੇ ਚ ਸ਼ੁਰੂ ਤੋਂ ਸੀਗਾ ਪਰਮਾਤਮਾ ਨੇ ਉਹ ਬਖਸ਼ਿਆ ਸੀ ਮੇਰੇ ਅੰਦਰ ਤੇ ਫਿਰ ਉਹਨੂੰ ਤਰਾਸ਼ਣ ਲਈ ਕੋਈ ਨਾ ਕੋਈ ਗੁਰੂ ਚਾਹੀਦਾ ਹੁੰਦਾ ਫਿਰ ਥੀਏਟਰ ਜੁਆਇਨ ਕੀਤਾ ਪਟਿਆਲੇ ਤੇ ਫਿਰ ਆਹ ਲੱਭੇ ਇਸ ਫੀਲਡ ਦੇ ਵਿੱਚ ਕਿਵੇਂ ਜਾ ਜਾ ਸਕਦਾ ਤੇ ਉਹ ਰਾਹ ਮਿਲੇ ਉਹਨਾਂ ਦੇ ਉੱਤੇ ਚੱਲਦੇ ਰਹੇ ਮਿਹਨਤ ਕਰਦੇ ਰਹੇ ਸੋ ਇੱਥੇ ਤੱਕ ਆ ਗਏ ਬਾਕੀ ਇਹ ਨਹੀਂ ਹੈ ਕਿ ਮੈਂ ਕਿਸੇ ਨੂੰ ਦੇਖਿਆ ਹਾਂ ਵੀ ਜਿਹਦਾ ਨੇਮ ਹੋ ਗਿਆ ਫੇਮ ਹੋ ਗਿਆ ਜਾਂ ਇਹ ਐਕਟਰ ਬਣ ਗਿਆ ਤਾਂ ਮੈਂ ਵੀ ਬਣੂੰਗਾ ਇਦਾਂ ਦਾ ਕੁਝ ਨਹੀਂ ਹੈ ਪਰਮਾਤਮਾ ਵੱਲੋਂ ਸ਼ੁਰੂ ਤੋਂ ਹੀ ਇਹ ਟੈਲੈਂਟ ਬਖਸ਼ਿਆ ਹੋਇਆ ਸੀ ਜਿੱਦਾਂ ਤੁਸੀਂ ਹੁਣ ਸਚਿੰਤ ਅੰਦੁਲਕਰ ਦੀ ਗੱਲ ਕੀਤੀ ਹੈ ਸਪੋਰਟਸ ਦੀ ਗੱਲ ਆ ਗਈ ਤੁਹਾਡਾ ਕੋਈ ਫੇਵਰਿਟ ਸਪੋਰਟ ਜਿਹੜਾ ਤੁਸੀਂ ਫ੍ਰੀ ਟਾਈਮ ਦੇ ਵਿੱਚ ਮੈਂ ਮੈਂ ਬਾਈ ਜੀ ਬਾਲੀਵਾਲ ਦਾ 올 ਇੰਡੀਆ ਯੂਨੀਵਰਸਿਟੀ ਦਾ ਪਲੇਅਰ ਰਹੇ ਹਾਂ ਔਰ ਮੈਂ ਬਾਲੀਵਾਲ ਖੇਡਿਆ ਨੈਸ਼ਨਲ ਦਾ ਮੈਂ ਕੈਂਪ ਅਟੈਂਡ ਕੀਤੇ ਨੇ ਮੈਂ ਬਹੁਤ ਸਕੂਲ ਤੋਂ ਲੈ ਕੇ ਕਾਲਜਸ ਟਾਈਮ ਤੱਕ ਮੈਂ ਸਾਰੇ ਇੰਟਰ ਕਾਲਜ ਇੰਟਰਵਰਸਟੀ 올 ਇੰਡੀਆ ਇੰਟਰਵਰਸਟੀ ਦਾ ਕਿੱਡੇ ਆਇਆ ਫਿਰ ਮੈਂ ਕ੍ਰਿਕਟ ਬਹੁਤ ਖੇਡੀ ਆ ਫਿਰ ਅਸੀਂ ਗਰਾਊਂਡ ਦੇ ਵਿੱਚ ਆਲਵੇਜ਼ ਹੀ ਮੇਰਾ ਤਾਂ ਅੱਜ ਵੀ ਗਰਾਊਂਡ ਦੇ ਨਾਲ ਬਹੁਤ ਗੂੜਾ ਨਤ ਹੈ ਸੋ ਮੈਂ ਅੱਜ ਵੀ ਗਰਾਊਂਡ ਨਹੀਂ ਛੱਡਦਾ ਹੈਗਾ ਜਦੋਂ ਵੀ ਮੈਨੂੰ ਟਾਈਮ ਮਿਲਦਾ ਮੈਂ ਰਨਿੰਗ ਕਰਨ ਲਈ ਜਾਂਦਾ ਜੋਗਿੰਗ ਕਰਨ ਲਈ ਜਾਂ ਫੁੱਟਬਾਲ ਵੀ ਖੇਡਦੇ ਆ ਕ੍ਰਿਕਟ ਵੀ ਖੇਡਦਾ ਮੈਂ ਅੱਜ ਵੀ ਸੋ სპੋਰਟਸਮੈਨ ਵੀ ਮੇਰੇ ਅੰਦਰ ਹੈ ਇਹ ਸਪੋਰਟਸ ਦੀ ਗੱਲ ਕੀਤੀ ਵੈਸੇ ਵੀ ਤੁਹਾਡੀ ਕਾਫੀ ਫਿਲਮਾਂ ਦੇ ਵਿੱਚ ਸਪੋਰਟਸ ਕੀਤਾ ਨਾ ਕਿਤੇ ਹੁੰਦਾ ਹੀ ਜ਼ਿਕਰ ਹੁੰਦਾ ਹੀ ਹੈ ਹਾਂ ਜੀ ਹਾਂ ਜੀ ਹਾਂ ਹੁੰਦਾ ਆਲਵੇਜ਼ ਹੁੰਦਾ ਕਿਉਂਕਿ ਜਿਹੜੀ ਚੁੱਕੇ ਹੁੰਨੇ ਹੋ ਤਾਂ ਉਹਨੂੰ ਤੁਸੀਂ ਭੁੱਲ ਨਹੀਂ ਸਕਦੇ ਔਰ ਅੱਜ ਦੀ ਜ਼ਰੂਰਤ ਵੀ ਹੈ ਕਿ ਤੁਸੀਂ ਜਿਹੜਾ ਯੂਥ ਹੈਗਾ ਉਹਨੂੰ ਮੋਟੀਵੇਟ ਕਰੋ ਕਿ ਸਪੋਰਟਸ ਦੇ ਨਾਲ ਜ਼ਿਆਦਾ ਜੁੜੇ ਹਰ ਬੰਦੇ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਇੱਕੋ ਚੀਜ਼ ਹੈ ਜਿਹੜੀ ਅਸੀਂ ਆਪਣੇ ਲਈ ਕਰਦੇ ਹਾਂ ਉਹ ਹੈ ਅਸੀਂ ਆਪਣੀ ਸਿਹਤ ਜਿਹਨੂੰ ਅਸੀਂ ਆਪਣੇ ਲਈ ਮੇਨਟੇਨ ਕਰਕੇ ਰੱਖਦੇ ਹਾਂ ਕਿਉਂਕਿ ਉਹਨੂੰ ਅਸੀਂ ਫੀਲ ਕਰ ਸਕਦੇ ਹਾਂ ਜੇ ਸਾਨੂੰ ਕੋਈ ਪੇਨ ਹੋਊਗੀ ਉਹ ਸਾਨੂੰ ਹੀ ਫੀਲ ਹੋਊਗੀ ਕਿਸੇ ਦੂਜੇ ਬੰਦੇ ਨੂੰ ਫੀਲ ਨਹੀਂ ਹੋਊਗੀ ਜੇ ਇਹ ਸਾਡੀ ਸਿਹਤ ਠੀਕ ਹੈ ਤਾਂ ਉਹਦਾ ਜਿਹੜਾ ਆਨੰਦ ਹੈ ਉਹ ਅਸੀਂ ਉਹੀ ਮਾਣ ਸਕਦੇ ਹਾਂ ਸੋਹੀ ਇੱਕ ਚੀਜ਼ ਹੈ ਜਿਹੜੀ ਅਸੀਂ ਆਪਣੇ ਲਈ ਕਰਦੇ ਹਾਂ ਮੈਂ ਸਾਰਿਆਂ ਨੂੰ ਕਹੂੰਗਾ ਫਿੱਟ ਰਿਆ ਕਰੋ ਸਵੇਰੇ ਸ਼ਾਮ ਗਰਾਊਂਡ ਜਾਇਆ ਕਰੋ ਜਦੋਂ ਵੀ ਮੌਕਾ ਮਿਲਦਾ ਔਰ ਹੈਲਦੀ ਖਾਇਆ ਕਰੋ ਸੋ ਬੁਰੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ ਨਸ਼ਿਆਂ ਤੋਂ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ